ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ MSW ਸਟੱਡੀ ਫੋਰ ਜੋਬ ਦੇ ਵਿੱਚ। ਤੁਹਾਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਜੋ UC ਨੈੱਟ ਐਗਜ਼ਾਮ ਦਸੰਬਰ ਦੇ ਵਿੱਚ 28 ਦਸੰਬਰ ਦਾ ਮਿੱਥਿਆ ਗਿਆ ਸੀ ਉਹ ਹੁਣ ਹੋਣ ਜਾ ਰਿਹਾ। ਉਸ ਦੇ ਵਿੱਚ ਥੋੜ੍ਹਾ ਜਿਹਾ ਚੇਂਜ ਆਇਆ, ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਿਹੜਾ ਐਗਜ਼ਾਮ ਹੈ 18-12 ਤੋਂ ਸਟਾਰਟ ਹੋ ਕੇ 22-12-2018 ਤੱਕ ਚੱਲੂਗਾ। ਤਾਂ ਕਿ ਇਹ ਅਸੀਂ ਵੀਡੀਓ ਇਸੇ ਲਈ ਲੈ ਕੇ ਆਏ ਹਾਂ ਤਾਂ ਕਿ ਜਿੰਨੇ ਵੀ ਕੈਂਡੀਡੇਟ ਜਿਨ੍ਹਾਂ ਨੇ ਅਪਲਾਈ ਕੀਤਾ ਉਹ ਰਹਿ ਨਾ ਜਾਣ, ਕਿਉਂਕਿ ਪਿਛਲੀ ਵਾਰ ਕੁਝ ਕੈਂਡੀਡੇਟਾਂ ਨੂੰ ਇਹ ਹੀ ਨਹੀਂ ਪਤਾ ਲੱਗਿਆ ਕਿ ਕਦੋਂ ਐਡਮਿਟ ਕਰ ਆਏ ਤਾਂ ਕਦੋਂ ਸਾਡਾ ਜਿਹੜਾ ਐਗਜ਼ਾਮ ਡੇਟ ਲੰਘ ਚੁੱਕੀ ਸੀ। ਤਾਂ ਇਸੇ ਲਈ ਇਹ ਵੱਧ ਤੋਂ ਵੱਧ ਵੀਡੀਓ ਤੁਸੀਂ ਸ਼ੇਅਰ ਕਰ ਦਿਓ ਤਾਂ ਕਿ ਸਾਰਿਆਂ ਨੂੰ ਹੀ ਪਤਾ ਲੱਗ ਜਾਵੇ ਕਿ ਐਗਜ਼ਾਮ ਜਿਹੜਾ 18 ਤੋਂ ਸ਼ੁਰੂ ਹੋ ਰਿਹਾ ਅਤੇ ਵੱਖ ਵੱਖ ਸ਼ਿਫਟਾਂ ਦੇ ਵਿੱਚ ਦੇਖੋ, ਦੋ ਸ਼ਿਫਟਾਂ ਦੇ ਵਿੱਚ ਇੱਕ ਐਗਜ਼ਾਮ ਦੀ ਜਿਹੜੀ ਸ਼ਿਫਟ ਹੈ ਪਹਿਲੀ ਉਹ 9:30 ਤੋਂ ਲੈ ਕੇ 1 ਵਜੇ ਤੱਕ ਹੋਊਗੀ ਅਤੇ ਦੂਸਰੀ ਹੋਊਗੀ ਜਿਹੜੀ 2:30 ਤੋਂ ਸ਼ਾਮ ਦੇ 6 ਵਜੇ ਤੱਕ ਜਿਹੜੀ ਸ਼ਿਫਟ ਹੋਊਗੀ। ਤਾਂ ਇਸ ਤਰ੍ਹਾਂ ਦਾ ਜਿਹੜਾ ਪੇਪਰ ਦਾ ਇਹ ਮੈਥਡ ਮਿੱਥਿਆ ਗਿਆ, ਠੀਕ ਹੈ, ਇਸ ਦੇ ਮੁਤਾਬਕ ਜਿਹੜਾ ਪੇਪਰ ਹੋਊਗਾ। ਹਾਂਜੀ, ਤੁਸੀਂ ਦੇਖ ਸਕਦੇ ਹੋ ਜਿਹੜੇ ਐਡਮਿਟ ਕਾਰਡ ਆ ਉਹ ਡਾਊਨਲੋਡ ਹੋਣ ਜਾ ਰਹੇ ਨੇ 19-12, 19-11-2018 ਨੂੰ, ਜਿਹੜਾ ਕੱਲ੍ਹ ਤੋਂ ਹੀ ਐਡਮਿਟ ਕਾਰਡ ਜਿਹੜੇ ਤੁਸੀਂ ਆਪਣੇ ਡਾਊਨਲੋਡ ਕਰ ਸਕਦੇ ਹੋ। ਉਹ ਕਿਸ ਤਰ੍ਹਾਂ ਡਾਊਨਲੋਡ ਕਰਨੇ ਆ, ਜਦ ਹੀ ਐਡਮਿਟ ਕਾਰਡ ਡਾਊਨਲੋਡ ਹੋਣ ਲੱਗੇ ਤਾਂ ਅਸੀਂ ਤੁਹਾਨੂੰ ਜਲਦ ਹੀ ਉਸਦੀ ਇਨਫੋਰਮੇਸ਼ਨ ਵੀਡੀਓ ਲੈ ਕੇ ਆਵਾਂਗੇ। ਤੁਸੀਂ ਉਸ ਵੀਡੀਓ ਨੂੰ ਦੇਖ ਕੇ ਆਪਣੇ ਡਾਊਨਲੋਡ ਕਾਰਡ ਜਿਹੜੇ ਕਰ ਸਕਦੇ ਹੋ। ਅਤੇ ਜਿਹੜੇ ਵੀ ਪੰਜਾਬੀ ਸਬਜੈਕਟ ਨਾਲ ਜੁੜੇ ਹੋਏ ਆ, ਜਿਨ੍ਹਾਂ ਨੇ ਸਬਜੈਕਟ UC ਨੈੱਟ ਦਾ ਪੰਜਾਬੀ ਹੈ, ਤਾਂ ਉਹ ਸਾਡੇ ਚੈਨਲ ਨਾਲ ਜੁੜ ਕੇ ਤਾਂ ਤੁਸੀਂ ਪਲੇਲਿਸਟ ਦੇ ਵਿੱਚ ਸਾਡੇ ਚੈਨਲ ਵਿੱਚ ਜਿਹੜਾ ਪੰਜਾਬੀ ਗਰਾਮਰ ਨਾਲ ਸੰਬੰਧ ਸਾਰੇ ਹੀ ਲੈਕਚਰ ਲੈ ਸਕਦੇ ਹੋ, ਠੀਕ ਹੈ। ਉਸ ਤੋਂ ਇਲਾਵਾ ਹੋਰ ਵੀ ਜਿਹੜਾ CTET PSTET ਵਾਸਤੇ ਜਿਹੜਾ ਅਸੀਂ ਤੁਹਾਡੇ ਲਈ ਸਟੱਡੀ ਮਟੀਰੀਅਲ ਰੱਖਿਆ ਹੋਇਆ, ਵੀਡੀਓ ਬਣਾਏ ਹੋਏ ਨੇ, ਠੀਕ ਹੈ ਜੀ, ਲੈਕਚਰ ਲਾਏ ਹੋਏ ਆ, ਤਾਂ ਉਸਦੇ ਜਿਹੜੇ ਸਾਰੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਣਗੇ, ਠੀਕ ਹੈ ਜੀ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਆਪਣੇ ਦੋਸਤਾਂ ਮਿੱਤਰਾਂ ਤਾਂ ਕਿ ਕਿਸੇ ਦਾ ਐਗਜ਼ਾਮ ਨਾ ਰਹੇ। ਥੈਂਕ ਯੂ ਸੋ ਮੱਚ ਜੀ।